ਅਸਲਾਮ ਅਲੈਕੁਮ। ਹਾਂਜੀ ਦੋਸਤੋ, ਕੀ ਹਾਲ ਹੈ ਤੁਹਾਡਾ? ਤੁਸੀਂ ਠੀਕ ਠਾਕ ਹੋ? ਮੈਂ ਬੜੇ ਹੀ ਅਰਸੇ ਬਾਅਦ ਦੁਬਾਰਾ ਵਲੌਗ ਦੇ ਵਿੱਚ ਐਡ ਹੋ ਰਿਹਾ, ਠੀਕ ਹੈ। ਅਤੇ ਅੱਗੇ ਬਸ ਕੋਈ ਮਸਰੂਫੀਆਤ ਹਨ ਜਿਸਨਾਂ ਦੀ ਵਜ੍ਹਾ ਤੋਂ ਮੈਂ ਵਲੌਗ ਨਹੀਂ ਬਣਾਏ, ਅਤੇ ਹੁਣ ਮੈਂ ਦੁਬਾਰਾ ਤੋਂ ਸਟਾਰਟ ਕਰਦਾ ਪਿਆ, ਠੀਕ ਹੈ। ਅਤੇ ਸਟਾਰਟ ਕਿਸ ਤੋਂ ਕਰਦਾ ਪਿਆ ਕਿ ਹੁਣ ਚਾਈਨਾ ਦਾ ਇੱਕ ਤਿਉਹਾਰ ਮਨੀਂਦਾ ਪਿਆ ਹੈ, ਠੀਕ ਹੈ, ਪਾਣੀ ਵਾਲਾ ਤਿਉਹਾਰ। ਉਹ ਕਿਵੇਂ ਮਨਾਇਆ ਜਾਂਦਾ ਹੈ, ਕਿਸ ਤਰੀਕੇ ਨਾਲ, ਉਹ ਜਨਾਬ ਮੈਂ ਤੁਹਾਨੂੰ ਸਾਰਾ ਨਾ ਵਿਜ਼ਿਟ ਕਰਵਾਈਨਾ, ਠੀਕ ਹੈ। ਅਤੇ ਚਲੋ ਮੈਂ ਤੁਹਾਨੂੰ ਹੁਣ ਸਾਰਾ ਵਿਜ਼ਿਟ ਕਰਵਾ ਦੇਵਾਂ, ਲੇਕਿਨ ਉਹਦੇ ਵਾਸਤੇ ਥੋੜ੍ਹੀ ਜਿਹੀ ਤਿਆਰੀ ਜ਼ਰੂਰੀ ਹੈ ਕਿ ਤਿਆਰੀ ਸਾਡੀ ਕਿਹੜੀ ਕਿਹੜੀ ਸ਼ਾਇਦ ਦੀ ਹੋਣੀ ਚਾਹੀਦੀ ਹੈ। ਅਤੇ ਉਹ ਤਿਆਰੀ ਅਗਰ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਇਹ ਤਿਉਹਾਰ ਨਾ ਮਨਾਓ, ਤੁਹਾਡੀਆਂ ਅੱਖੀਆਂ ਵੀ ਖਰਾਬ ਹੋ ਸਕਦੀਆਂ, ਤੁਹਾਡੇ ਕੰਨ ਵੀ ਖਰਾਬ ਹੋ ਸਕਦੇ ਹਨ ਪਾਣੀ ਪੈ ਕੇ, ਠੀਕ ਹੈ। ਇਸ ਵਾਸਤੇ ਸਭ ਤੋਂ ਪਹਿਲੇ ਆਪਣੀ ਹਿਫਾਜ਼ਤ ਜ਼ਰੂਰੀ ਹੈ, ਅਤੇ ਹਿਫਾਜ਼ਤ ਕਰਨ ਕਰਨ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਹੁਣੇ ਦੱਸਿਆ, ਠੀਕ ਹੈ। ਅਤੇ ਇਹ ਤੁਸੀਂ ਚੀਜ਼ਾਂ ਤੁਹਾਡੇ ਕੋਲ ਪ੍ਰੋਪਰ ਹੋ ਸਕਣ, ਤੁਸੀਂ ਜਾਸੋ ਤਾਂ ਬੜਾ ਤੁਸੀਂ ਇੰਜੋਏ ਕਰ ਸੋ ਅਗਰ ਤੁਸੀਂ ਚਾਈਨਾ ਦੇ ਵਿੱਚ ਆਉਂਦੇ ਹੋ, ਠੀਕ ਹੈ। ਅਤੇ ਜਨਾਬ ਮੈਂ ਹੁਣ ਤੁਹਾਨੂੰ ਦੱਸਦਾ। ਅੱਛਾ, ਫਸਟ ਵਾਲੇ ਦੇ ਵਿੱਚ ਜਨਾਬ ਤੁਹਾਨੂੰ ਚਾਹੀਦੀ ਇਹ ਕੈਨਕ, ਇਹ ਵਾਲੀ ਪਾਣੀ ਵਾਲੀ ਐਨਕ, ਠੀਕ ਹੈ। ਇਸ ਨਾਲ ਤੁਹਾਡੀਆਂ ਅੱਖੀਆਂ 'ਚ ਪਾਣੀ ਨਾ ਪਊਸੀ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਇੱਕ ਲੈਣਾ ਮੋਬਾਈਲ ਕਵਰ, ਠੀਕ ਹੈ। ਇਹ ਮੋਬਾਈਲ ਕਵਰ ਜਦੋਂ ਇਹਦੇ ਵਿੱਚ ਤੁਸੀਂ ਮੋਬਾਈਲ ਪੈਸੋ ਤਾਂ ਤੁਹਾਡੇ ਮੋਬਾਈਲ 'ਚ ਪਾਣੀ ਪਵਣ ਦੇ ਚਾਂਸਿਸ ਖਤਮ ਹੋ ਜਾਣ, ਠੀਕ ਹੈ। ਅੱਛਾ, ਇਹ ਆ ਗਿਆ ਮੁੜ। ਉਸ ਤੋਂ ਬਾਅਦ ਇੱਕ ਤੁਸੀਂ ਇਸ ਤਰ੍ਹਾਂ ਦੀ ਨਾ ਕੈਪ ਲੈ ਲੈਣੀ ਹੈ ਸਿਰ ਵਾਸਤੇ, ਠੀਕ ਹੈ, ਤਾਂ ਕਿ ਤੁਹਾਡੇ ਕੰਨ ਢਕੀ ਜਾਵੇ, ਉਹ ਢਕੀਏ ਸਹਿਣ ਅਤੇ ਮੁੜ ਤੁਹਾਡੇ ਕੰਨਾਂ 'ਚ ਵੀ ਪਾਣੀ ਨਾ ਪਊਸੀ। ਐਂਡ ਅਗਰ ਤੁਹਾਡੇ 'ਤੇ ਕੋਈ ਪਾਣੀ ਪੈਂਦਾ ਹੈ ਤਾਂ ਤੁਸੀਂ ਉਹਦਾ ਬਦਲਾ ਵੀ ਤਾਂ ਲੈਣਾ ਹੈ, ਅਤੇ ਬਦਲਾ ਕਿਵੇਂ ਲੈਣਾ? ਅਸੀਂ ਪਾਕਿਸਤਾਨੀ ਹਾਂ, ਬਦਲਾ ਤਾਂ ਲੈ ਲੈਂਦੇ ਹਾਂ। ਉਸ ਵਾਸਤੇ ਸਾਨੂੰ ਇੱਕ ਬੰਦੂਕ ਦੀ ਜ਼ਰੂਰਤ ਹੈ। ਬੰਦੂਕ ਕਿਹੜੀ ਹੈ, ਠੀਕ ਹੈ? ਇਹ ਜਨਾਬ ਪ੍ਰੋਪਰ ਇੱਕ ਬੰਦੂਕ ਹੈ, ਅਤੇ ਐਂ ਤਾਂ ਤੁਸੀਂ ਪੰਪ ਕਰ ਸੋ ਹੇਠਾਂ ਹੇਠਾਂ ਕਰਕੇ। ਮੁੜ ਉਸ ਤੋਂ ਬਾਅਦ ਜਨਾਬ ਇਹਦਾ ਘੋੜਾ ਹੈ ਬੰਦੂਕ ਦਾ, ਇਹ ਦਬਈ ਸੋ, ਇੱਥੋਂ ਜਨਾਬ ਪਾਣੀ ਨਿਕਲ ਸੀ ਅਤੇ ਪਾਣੀ ਦਾ ਬੜਾ ਪ੍ਰੈਸ਼ਰ ਹੋ ਸੀ, ਠੀਕ ਹੈ, ਅਤੇ ਕਾਫੀ ਇਹਦੇ ਵਿੱਚ ਪਾਣੀ ਵੀ ਆ ਜਾਂਦਾ, ਕੋਈ ਮੇਰਾ ਖਿਆਲ ਹੈ ਕਿ 4-5 ਲੀਟਰ ਆ ਜਾਂਦਾ ਹੈ। ਅਤੇ ਮੁੜ ਤੁਸੀਂ ਜਨਾਬ ਇੱਥੇ ਬਦਲੇ ਲਾਓ, ਜਿਹਦੇ ਕੋਲ ਮਰਜ਼ੀ ਲਾਓ, ਜਿਸ 'ਤੇ ਮਰਜ਼ੀ ਪਾਣੀ ਪਾਓ, ਤੁਹਾਨੂੰ ਕੋਈ ਪੁੱਛਣ ਵਾਲਾ ਕੋਈ ਨਹੀਂ। ਅਤੇ ਮੈਂ ਹੁਣ ਤੁਹਾਨੂੰ ਤਿਆਰੀ ਵੀ ਕਰਕੇ ਦੱਸਿਆ ਕਿ ਬਈ ਕਿਸ ਤਰ੍ਹਾਂ ਕਰਕੇ ਮੈਂ ਤਿਆਰੀ ਕਰਕੇ ਜਾਊਂਗਾ। ਇਹ ਚੀਜ਼ਾਂ ਦੀ ਤਿਆਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਹ ਵੇਖੋ ਨਾ, ਮੇਰੇ ਕੋਲ ਬੰਦੂਕ ਵੀ ਆ ਗਈ ਹੈ, ਠੀਕ ਹੈ, ਇਹ ਮੇਰਾ ਕਵਰ ਆ ਗਿਆ, ਇਹ ਮੇਰਾ ਸਿਰ ਢੱਕਣ ਦਾ, ਠੀਕ ਹੈ, ਕੈਪ ਹੋ ਗਈ, ਇਹ ਜਨਾਬ ਐਨਕ ਹੋ ਗਈ, ਠੀਕ ਹੈ। ਅਤੇ ਜਨਾਬ ਇੱਥੋਂ ਐਂ ਕਰ ਗਿਆ, ਠੀਕ ਹੈ, ਇਹ ਪਾਣੀ ਦਾ ਪ੍ਰੈਸ਼ਰ ਹੈ। ਅਤੇ ਇਸ ਤਰੀਕੇ ਦੇ ਨਾਲ ਤੁਸੀਂ ਇੰਜੋਏਮੈਂਟ ਕਰ ਸਕਦੇ ਹੋ ਇਹਨਾਂ ਦਾ ਤਿਉਹਾਰ। ਅਤੇ ਹੁਣ ਮੈਂ ਜਨਾਬ ਰੈਡੀ ਹੋ ਗਿਆ, ਅਤੇ ਮੈਂ ਹੁਣ ਜਾਂਦਾ ਪਿਆ, ਅਤੇ ਹੁਣ ਮੈਂ ਜਾ ਕੇ ਵੇਖੀ ਹਿੱਕ ਇੱਕ ਆਪਣਾ ਟਾਰਗੇਟ ਲੱਭ ਕੇ ਨਾ, ਅਤੇ ਉਹਨਾਂ ਨੂੰ ਮਰੇ ਸਾਂ। ਹੋ ਗਿਆ ਇਦੂ ਸਾਰਾ ਕੁਝ, ਵਾਪਸੀ ਕਿਉਂ ਹੁੰਦੇ ਪਏ ਹੋ? ਖੈਰੀਅਤ ਤਾਂ ਹੈ, ਸੱਟੋ ਸੱਟੋ ਪਾਣੀ। ਹੋ ਗਿਆ ਨਾ,
ਮੇਰੇ ਕੋਲ ਵੀ ਗਨ ਹੈ ਔਰ ਮੈਂ ਕਿਹਨੂੰ ਮਾਰਨਾ ਮੈਂ ਬੰਦਾ ਲੱਭਦਾ ਕਿਉਂ ਬਾਈ ਨਾ ਅੱਗੂ ਹੀ ਪੈਂਦੇ ਅਵੇ ਬੁਢੜੀ ਗੁੱਡ ਵੇਖੋ ਨਾ ਕਿਤਨੀ ਦੁਨੀਆ ਹੁੰਦੀ ਪਈ ਮੈਂ ਜਾਂਦਾ ਪਿਆ ਵੇਖੇ ਜਿਹਦੇ ਤਾਂ ਮਰਜ਼ੀ ਪਾ ਦਿਓ ਇਸ ਤੇ ਮਰਜ਼ੀ ਪਾ ਕੋਈ ਇਤਰਾਜ਼ ਨਹੀਂ ਕਿਉਂ ਬਾਈ ਵੇਖੋ ਨਾ ਤੁਸੀਂ ਕਿਸੇ ਦੇ ਵੀ ਪਾ ਸਕਦੇ ਹੋ ਇੱਥੇ ਪੈ ਦੇ ਠੂ ਅਟੈਕ ਕਰਨ ਦੇ ਕਰਕੇ ਪੈਂਦੇ ਨੇ ਉੱਤੇ ਪਾਣੀ ਹੈ ਦੇ
我们的蹦迪的时间呢，最后一首歌了啊！晚上我们再来嗨，最后一首歌，大家抬起来 ，Come on！嗨起来！真努力！来红，来红，你在哪里？来红旗底下，你去来红了，赶紧出来！红旗底下，你的朋友找你。来红小朋友，你在红旗底下，有人在等你啊！红的，红的，红的，你出什么呢？红旗底下。爱国，你知道赶紧过来爱国，红旗底下，你知道吗？国在哪里？红旗底下，他让我再说两遍，爱国，爱国，红旗底下，你是爱国，赶紧过来。鱼虫的妈妈，鱼虫的爸爸，你的女儿在红旗底下等你。人家是小孩子打路飞啊，你是路飞啊，你孩子来找你了，你自己把自己搞丢了。三个啊，你三个女儿，你看你自己路飞了，你还来找你了是？Brother.
ਮਜ਼ਾ ਕਰ ਰਹੇ ਹਾਂ ਯਹਾਂ ਪੇ। ਚਲੀਏ ਚਲੀਏ ਸਾਰੇ ਪਾਣੀ ਪੀਂਦੇ ਪਏ ਸਾਰੇ। ਇਹਨਾਂ ਦੇ ਪਾਣੀ ਪੀਂਦੇ ਪਏ ਲੇਕਿਨ ਉਹ ਖੁਸ਼ ਹੋ ਰਹੇ ਹਨ। ਹੈਲੋ 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 ਇੱਥੋਂ ਦੀ ਪੁਲਿਸ ਦੇ ਜਨਾਬ ਉਹਨਾਂ ਦੇ ਉਹਨਾਂ ਪਾਣੀ ਪਾਇਆ ਖੁਸ਼ ਹੋ ਰਹੇ ਨੇ। ਠੀਕ ਹੈ ਇਹ ਸਾਰੇ ਖਲੋਤੇ ਹੋਏ ਨੇ। ਮੈਂ ਅੱਛਾ ਯਾਰ ਕਿਸੇ ਦੇ ਅੰਦਰ ਹਸਦ ਕੋਈ ਨਹੀਂ, ਹਰ ਬੰਦਾ ਇੰਜੋਏਮੈਂਟ ਕਰ ਰਿਹਾ ਹੈ। ਠੀਕ ਹੈ ਕੋਈ ਕਿਸੇ 'ਤੇ ਗੁੱਸਾ ਨਹੀਂ ਹੁੰਦਾ ਜੋ ਹਾਂ ਬਈ ਤੂੰ ਪਾਣੀ ਕਿਉਂ ਪਾਇਆ ਹੈ। ਅਮੀਰ ਗਰੀਬ ਕਾਲਾ ਚਿੱਟਾ ਪੀਲਾ ਨੀਲਾ ਹਰ ਬੰਦੇ ਨੂੰ ਇੱਕੋ ਹੈਲੋ 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 ਅਤੇ ਸਭ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਹੈ। ਠੀਕ ਹੈ ਹਰ ਬੰਦਾ ਖੁਸ਼ ਹੈ। ਠੀਕ ਹੈ ਇੰਜੋਏਮੈਂਟ ਕਰਦੇ ਪੈਣ